ਅੰਮ੍ਰਿਤਸਰ ਪੁਲਿਸ ਨੇ ਇੱਕ ਅਨੋਖਾ ਮਾਮਲਾ ਹੱਲ ਕੀਤਾ ਹੈ। ਇੱਕ ਆਰਮੀ ਆਫਿਸਰ ਜਿਹੜਾ ਕਿ ਫੇਕ ਆਰਮੀ ਆਫਿਸਰ ਹੈ ਉਸਨੂੰ ਗ੍ਰਿਫਤਾਰ ਕੀਤਾ ਹੈ। ਕਈ ਜਾਣਕਾਰੀਆਂ ਉਹਨਾਂ ਕੋਲੋਂ ਹਾਸਲ ਹੋਈਆਂ ਨੇ। ਗੱਲ ਕਰਦੇ ਹਾਂ ਪੁਲਿਸ ਅਧਿਕਾਰੀ ਨਾਲ। ਮੈਮ, ਕੀ ਹੈ ਸਾਰਾ ਮਾਮਲਾ? ਮੈਮ, ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਅਤੇ ਮਿਲਟਰੀ ਇੰਟੈਲੀਜੈਂਸ ਦਾ ਇੱਕ ਜੁਆਇੰਟ ਆਪਰੇਸ਼ਨ ਸੀ ਜਿਹਦੇ ਵਿੱਚ ਇਹ ਅਕਿਊਜ਼ ਸੰਦੀਪ ਸਿੰਘ 30 ਸਾਲਾਂ ਦਾ ਇਹਨੂੰ ਕਾਬੂ ਕੀਤਾ ਗਿਆ ਹੈ। ਇਹ ਆਪਣੇ ਆਪ ਨੂੰ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਚਿਕਨਾ PS ਕਿਰਤਪੁਰ ਸਾਹਿਬ ਰੋਪੜ ਦਾ ਦੱਸਦਾ ਹੈ, ਜਿਹਦੇ ਕਿ ਅਜੇ ਐਂਟੀਸੀਡੈਂਟਸ ਅਸੀਂ ਵੇਰੀਫਾਈ ਨਹੀਂ ਕਰ ਪਾਏ ਹਾਂ। ਪਿੰਡ 'ਚੋਂ ਵੀ ਕਿਸੇ ਨੇ ਤਸਦੀਕ ਨਹੀਂ ਕੀਤਾ ਹੈ ਕਿ ਉਹਨਾਂ ਦੇ ਪਿੰਡ ਦਾ ਰਹਿਣ ਵਾਲਾ ਹੈ। ਇਹਦੀ ਅਰੈਸਟ ਤੋਂ ਬਾਅਦ ਸਾਨੂੰ ਰਿਕਵਰੀ ਹੋਈ ਹੈ। ਇਹਦਾ ਇੱਕ ਪਿੱਠੂ ਬੈਗ ਸੀ ਜਿਹੜਾ ਕਿ ਅਗੇਨ ਆਰਮੀ ਪੈਟਰਨ ਦਾ ਸੀ। ਉਹਦੇ ਅੰਦਰ ਤਕਰੀਬਨ 20 ਕਿਲੋ ਤੁਸੀਂ ਕਹਿ ਲਓ ਆਰਮੀ ਦੀਆਂ ਵੱਖ ਵੱਖ ਰੈਂਕਾਂ ਦੀਆਂ ਵਰਦੀਆਂ ਸੀ। ਜਦ ਇਹਨੂੰ ਕਾਬੂ ਕੀਤਾ ਗਿਆ ਸੀ ਇਹ ਮੇਜਰ ਦੀ ਰਿਸਟ੍ਰਿਕਟਡ ਪੈਟਰਨ ਦੀ ਇਹਨੇ ਵਰਦੀ ਪਾਈ ਸੀ, ਨਾਲ ਹੀ ਸੂਬੇਦਾਰ ਦੀ ਵਰਦੀ, ਹੋਰ PT ਕਿੱਟਸ ਆਦਿ ਵੀ ਰਿਕਵਰ ਹੋਏ ਨੇ। ਮੈਮ, ਇਹਦੀ ਜਾਣਕਾਰੀ ਸਾਡੇ ਕੋਲ ਕੋਈ ਪਹਿਲੇ ਸੀਗੀ? ਕੋਈ ਸਾਨੂੰ ਇਹਦੀ ਕੋਈ ਸ਼ਿਕਾਇਤ ਮਿਲੀ ਸੀਗੀ ਕਿ ਇਹ ਬੰਦਾ ਇਸ ਤਰ੍ਹਾਂ ਕੋਈ ਵਿਚਰ ਰਿਹਾ ਹੈ ਜਿਹਨੂੰ ਕਾਬੂ ਕੀਤਾ ਜਾ ਸਕਦਾ, ਜਾਂ ਜਿਸ ਕੋਲੋਂ ਸਾਨੂੰ ਕੋਈ ਇਨਫੋਰਮੇਸ਼ਨ ਇਹੋ ਜਿਹੀ ਸੀਗੀ, ਜਾਂ ਅਸੀਂ ਉੱਥੇ ਮੌਕੇ 'ਤੇ ਫੜਿਆ ਸੀ? ਜੀ, ਇਹਨੂੰ ਸੀਕ੍ਰੇਟ ਇਨਪੁੱਟ 'ਤੇ ਨੈਬ ਕੀਤਾ ਗਿਆ। ਕੋਈ ਹੋਰ ਜਾਣਕਾਰੀ ਪ੍ਰੀਲਿਮਨਰੀ ਕੋਈ ਤੁਹਾਨੂੰ ਮਿਲ ਪਾਈ ਹੋਵੇ ਕਿ ਇਹਦੀਆਂ ਐਕਟੀਵਿਟੀਜ਼ ਦੇ, ਇਹਦੀਆਂ ਹੋਰ ਗਤੀਵਿਧੀਆਂ ਪੰਜਾਬ 'ਚ, ਅੰਮ੍ਰਿਤਸਰ 'ਚ ਖਾਸ ਕਰਕੇ, ਜਾਂ ਦੂਜੇ ਗੁਆਂਢੀ ਸੂਬਿਆਂ ਦੇ ਵਿੱਚ? ਅਸੀਂ ਇਹਦਾ ਰਿਮਾਂਡ ਲੈ ਕੇ ਡੂੰਘਾਈ ਨਾਲ ਪੁੱਛਗਿੱਛ ਕਰਾਂਗੇ ਕਿ ਇਹ ਜਿਵੇਂ ਕਿ JCB ਐਕਸਕਵੇਟਰ ਦਾ ਕੰਮ ਕਰਦਾ ਹੈ ਕਾਫੀ ਸਾਲਾਂ ਤੋਂ, ਹਾਲ ਦੀ ਕੜੀ ਇਹ ਸ਼੍ਰੀਨਗਰ ਵੈਲੀ ਵਿੱਚ ਕੰਮ ਕਰਦਾ ਹੈਗਾ, ਉੱਥੇ ਇਹਦੇ ਕੋਈ ਐਸੋਸੀਏਟਸ, ਕੋਈ ਕ੍ਰੋਸ ਬਾਰਡਰ ਐਸੋਸੀਏਟਸ, ਕਈ ਇੰਟਰਨੈਸ਼ਨਲ ਲਿੰਕੇਜਸ ਵੀ ਸਾਹਮਣੇ ਆ ਰਹੇ ਨੇ। ਉੱਤਰਾਖੰਡ ਤੋਂ ਇਹ ਰੁੜਕੀ ਕੈਂਟ ਅਤੇ ਅੰਮ੍ਰਿਤਸਰ ਕੈਂਟ ਵਿੱਚ ਵੀ ਇਹਨੇ ਦਾਖਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਨੀਸ਼ੀਅਲ ਸਟੇਜ ਦੇ ਵਿੱਚ ਜਿਸ ਨੇ ਆਰਮੀ ਦੀ ਵਰਦੀ ਆਪਣੇ ਕੋਲ ਰੱਖੀ ਹੋਈਆਂ ਸੀਗੀਆਂ, ਉਹਦਾ ਕੋਈ ਲਾਹਾ ਲੈ ਸਕਿਆ, ਉਹਦਾ ਕੋਈ ਫਾਇਦਾ ਲੈ ਸਕਿਆ, ਜਾਂ ਕੋਈ ਇਹੋ ਜਿਹੀ ਇਨਫੋਰਮੇਸ਼ਨ ਮਿਲੀ ਹੈ ਕਿ ਇੱਧਰ ਉੱਧਰ ਵਿਚਰਦਾ ਰਿਹਾ, ਕੋਈ ਇਸ ਤਰ੍ਹਾਂ ਇਹਨੂੰ ਕੈਸ਼ ਕਰਦਾ ਹੋਵੇ? ਜਿਵੇਂ ਕਿ ਮੈਂ ਪਹਿਲਾਂ ਦੱਸਿਆ, ਇਹਨੇ ਆਰਮੀ ਕੈਂਟ ਅਤੇ ਅੰਮ੍ਰਿਤਸਰ ਅਤੇ ਰੁੜਕੀ ਅੰਦਰ ਐਂਟਰੀ ਲੈਣ ਦੀ ਕੋਸ਼ਿਸ਼ ਕੀਤੀ ਹੈ। ਪ੍ਰੈਲਿਮਨਰੀ ਇੰਟੈਰੋਗੇਸ਼ਨ ਇਹ ਵੀ ਦੱਸਦੀ ਹੈ ਕਿ ਜਿਹੜੀ ਇਹਨੇ ਸਾਰੀ ਵਰਦੀਆਂ ਲਿੱਤੀਆਂ ਨੇ ਇਹ ਵੀ ਇਹਨੇ ਆਰਮੀ ਟੇਲਰਾਂ ਤੋਂ ਲਿੱਤੀਆਂ ਨੇ ਜਿਹੜੇ ਰੁੜਕੀ ਕੈਂਟ ਦੇ ਆਸ ਪਾਸ ਹਨ। ਅਤੇ ਹੁਣ ਰਿਮਾਂਡ ਲੈ ਕੇ ਅਸੀਂ ਡਿਟੇਲ ਪੁੱਛਗਿੱਛ ਕਰਾਂਗੇ ਕਿ ਵਾਕਈ ਇਹ ਐਂਟਰੀ ਲੈ ਪਾਇਆ ਹੈ ਕੈਂਟ ਵਿੱਚ ਅਤੇ ਇਹਦੇ ਨਾਲ ਕੋਈ ਇਹਨੂੰ ਸਪੋਰਟ ਤਾਂ ਨਹੀਂ ਕਰ ਰਿਹਾ। ਸਿਰਫ ਜਾਣਕਾਰੀ ਹੈ ਸਾਡੇ ਕੋਲ ਕਿ ਇਹਨੇ ਐਂਟਰੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਿ ਇਹ ਵੀ ਸਾਡੇ ਕੋਲ ਹੈਗਾ ਇਨਫੋਰਮੇਸ਼ਨ ਹੈਗੀ ਕਿ ਐਂਟਰ ਵੀ ਹੋਇਆ ਮਿਲਟਰੀ ਏਰੀਆ ਦੇ ਵਿੱਚ? ਕੁਛ CCTV ਫੁਟੇਜਸ ਹੈਗੀਆਂ ਨੇ, ਕੁਛ ਟੈਕਨੀਕਲ ਇਨਵੈਸਟੀਗੇਸ਼ਨ ਬੇਸਡ ਇਨਪੁੱਟ ਹੈਗਾ ਅਤੇ ਕੁਛ ਇਹਦੀ ਪ੍ਰੈਲਿਮਨਰੀ ਇੰਟੈਰੋਗੇਸ਼ਨ ਬੇਸਡ। ਸੋ ਅੰਮ੍ਰਿਤਸਰ ਪੁਲਿਸ ਨੇ ਇੱਕ ਵੱਡਾ ਮਾਮਲਾ ਹੱਲ ਕੀਤਾ ਹੈ। ਇੱਕ ਆਰਮੀ ਪੁਲਿਸ ਆਫਿਸਰ ਜਿਹੜਾ ਕਿ ਫੇਕ ਸੀਗਾ, ਜਿਹਦੇ ਕੋਲ ਕਾਫੀ ਵਰਦੀਆਂ ਵੀ ਬਰਾਮਦ ਹੋਈਆਂ ਨੇ, ਪੁਲਿਸ ਨੇ ਉਸਨੂੰ ਕਾਬੂ ਕੀਤਾ ਹੈ ਔਰ ਮਿਲਟਰੀ ਦੇ ਨਾਲ ਐਸੋਸੀਏਟ ਕਰਕੇ ਇਸ ਬੰਦੇ ਨੂੰ ਕਾਬੂ ਕਰ ਲਿਆ ਗਿਆ ਹੈ ਔਰ ਉਸਦੀਆਂ ਜਾਣਕਾਰੀਆਂ ਹਾਸਲ ਕੀਤੀਆਂ ਜਾ ਰਹੀਆਂ ਨੇ ਕਿ ਪ੍ਰੀਲਿਮਨਰੀ ਇਨਫੋਰਮੇਸ਼ਨਸ ਜਿਹੜੀਆਂ ਉਹਨਾਂ ਕੋਲੋਂ ਮਿਲੀਆਂ ਨੇ, ਪ੍ਰੀਲਿਮਨਰੀ ਜਾਣਕਾਰੀ ਮਿਲੀ, ਮੁੱਢਲੀ ਜਾਣਕਾਰੀ ਮਿਲੀ ਹੈ, ਉਹਨਾਂ ਦੇ ਮੁਤਾਬਿਕ ਅਗਲੀ ਕਾਰਵਾਈ ਕੀਤੀ ਜਾਏਗੀ, ਉਹਨਾਂ ਨੂੰ ਰਿਮਾਂਡ 'ਤੇ ਲਿਆ ਜਾਏਗਾ ਔਰ ਉਸ ਕੋਲੋਂ ਹੋਰ ਜ਼ਿਆਦਾ ਜਾਣਕਾਰੀ ਲਿੱਤੀ ਜਾਏਗੀ ਕਿ ਆਰਮੀ ਦਾ ਆਫਿਸਰ ਬਣਨ ਕੇ ਵੱਖ ਵੱਖ ਤਰ੍ਹਾਂ ਦੀਆਂ ਵਰਦੀਆਂ ਜਿਹੜੀਆਂ ਉਹਨਾਂ ਕੋਲੋਂ ਮਿਲੀਆਂ ਨੇ ਉਹ ਉਹਨਾਂ ਨੂੰ ਯੂਜ਼ ਕਿੱਥੇ ਕਰਦਾ ਸੀ ਜਾਂ ਕੀ ਉਹਦਾ ਮਕਸਦ ਸੀਗਾ। ਕੈਮਰਾ ਪਰਸਨ ਮੁਕੇਸ਼ ਦੇ ਨਾਲ ਜੋਤੀ ਬਹਿਲ, ਦੈਨਿਕ ਸਵੇਰਾ TV, ਅੰਮ੍ਰਿਤਸਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।